हाँ जी, वाहेगुरु जी का खालसा, वाहेगुरु जी की फतेह। करो दर्शन पंजा साहब हसन अबदाल। दुनिया च यही जी कोई जगह ही नहीं है यार। इतने तड़के नूं पहुंचे असी 4 बजे, ते कहण नूं लफजे नहीं हैगे। हसन अबदाल शेयर कर दो भाई सारे जने भी मेरे, एक बारी दर्शन मेले आपां करा दईए तुहानूं पंजा साहब दे। जो आनंद आया ना उरे आके, अर बाबा नानक अगे तुहानूं होर चीजां दिखाउणियां उरे, ਉਹ ਬਾਅਦ ਚ ਦਿਖਾਉਣੇ, ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਓ। ਕੀ ਹਿੰਦੂ ਕੀ ਮੁਸਲਮਾਨ ਸਾਰੇ ਇੱਥੇ ਇਬਾਦਤ ਕਰਦੇ ਆ। ਸ਼ੇਅਰ ਕਰੀ ਜਾਓ ਸਾਰੇ ਵੀਰ। ਦੇਖੋ ਉਰੇ ਤਸਬੀਹ ਫੇਰਦੇ ਆ ਬੈਠ ਕੇ ਆਪਣੇ ਜਿਹੜੇ ਮੁਸਲਮਾਨ ਭਰਾ ਨੇ, ਅਤੇ ਮੈਂ ਕਹਿੰਦਾ ਇੱਥੇ ਬਸ ਨਾ ਲਿਖਣ ਲਈ ਆ ਨਾ ਕੁਝ ਕਹਿਣ ਲਈ ਆ, ਬਸ ਦੇਖੋ ਦਰਸ਼ਨ ਕਰੋ। ਧੰਨ ਪਾਕ ਨੇ ਬਾਈ ਜਿਹੜੇ ਇੱਥੇ ਆਉਂਦੇ ਲੋਕ। ਬਾਹਰ ਤੋਂ ਦਿਖਾਉਂਦੇ ਤੁਹਾਨੂੰ ਹੁਣ, ਅਤੇ ਉਰੇ ਵੈਸੇ ਇੱਕ ਗੱਲ ਹੈਗੀ ਹੈ, ਇੱਥੇ ਪਾਕਿਸਤਾਨੀ ਲੋਕ ਬਹੁਤ ਆਉਂਦੇ ਉਰੇ, ਅਤੇ ਇੱਥੇ ਅੰਦਰ ਬੈਠ ਕੇ ਤਸਬੀਹ ਫੇਰਦੇ ਆ, ਅਤੇ ਸਾਡੇ ਵਾਲੇ ਚਬਲ ਮਸ਼ਿੰਦਰੀ ਕਹਿੰਦੇ ਮਾਲਾ ਫੇਰਨਾ ਪਖੰਡ ਹੈ, ਇਹਨਾਂ ਨੂੰ ਇਹ ਨਹੀਂ ਪਤਾ ਕਿ ਨਾਮ ਨਾਨਕ ਕੇ ਕਰ ਕੇਵਲ ਨਾਮ ਹੈ ਸਿਰਫ, ਅਤੇ ਨਾਮ ਜਪਣ ਨੂੰ ਹੀ ਗੁਰਬਾਣੀ ਆਖਦੀ ਆ, ਤਾਕੀਦ ਕਰਦੀ ਆ। ਮੈਂ ਤੁਹਾਨੂੰ ਦਿਖਾਉਣਾ ਇੱਥੇ ਇੱਕ ਮੁਸਲਿਮ ਵੀਰ ਹੈ, ਘੱਤ ਤਸਬੀਹ ਫੇਰ ਰਿਹਾ, ਅਤੇ ਇਹਦਾ ਯਾਰ ਮੈਂ ਸਮਝਦਾ ਲੋਕ ਕਿੱਡੇ ਕੁ ਅਭਾਗੇ ਆ ਜਿਹੜੇ ਸਮਝ ਨਹੀਂ ਸਕਦੇ ਇਹਨਾਂ ਚੀਜ਼ਾਂ ਨੂੰ। ਮੈਂ ਬੈਠੇ ਆਪਣੇ ਵੀਰ ਪਾਕਿਸਤਾਨੀ, ਅਤੇ ਦੇਖੋ ਪਰਮਾਤਮਾ ਦਾ ਨਾਮ ਜਪਦੇ ਵੀਰ ਬੜੇ ਕਿਸਮਤ ਵਾਲੇ ਨੇ। ਤੁਹਾਨੂੰ ਬਾਹਰੋਂ ਦਰਸ਼ਨ ਕਰਾਉਣੇ, ਕਾਫੀ ਖੁੱਲ੍ਹਾ ਡੁੱਲਾ ਅਤੇ ਰਹਿਣ ਦਾ ਵੀ ਸੋਹਣਾ ਪ੍ਰਬੰਧ ਕੀਤਾ ਹੋਇਆ ਇਹਨਾਂ ਨੇ, ਅਤੇ ਆਹ ਜਿਹੜਾ ਨਿਰਮਲ ਜਲ ਹੈ ਨਾ ਇਹ ਪਿੱਛੋਂ ਹੀ ਆਉਂਦਾ ਪਹਾੜੀ ਤੋਂ ਹੀ, ਅਤੇ ਇੰਨਾ ਕੁ ਸਾਫ਼ ਹੈ ਇਹ ਆਨੰਦ ਮੰਗਲ। ਇੱਧਰੋਂ ਕਰਾਉਣੇ ਦਰਸ਼ਨ ਤੁਹਾਨੂੰ, ਅਤੇ ਬਾਬਾ ਜੀ ਇੱਧਰ ਦੇ ਹੀ ਨੇ, ਇਹਨਾਂ ਦੀਆਂ ਪੱਗਾਂ ਦੱਸਦੀਆਂ, ਪੱਗਾਂ ਇਹ ਹੋਰ ਤਰ੍ਹਾਂ ਦੀਆਂ ਮਤਲਬ ਕਿ ਸਜਾਉਂਦੇ ਆ। ਵਾਹਿਗੁਰੂ ਵਾਹਿਗੁਰੂ ਸੱਚਾ ਪਾਤਸ਼ਾਹ, ਬਹਿਨਾ ਨਿਰਮਲ ਜਲ ਹੈ ਇਹ ਬਾਈ, ਰੂਹ ਖੁਸ਼ ਹੋ ਜਾਂਦੀ ਹੈ। ਹਾਂਜੀ ਗੋਲਡੀ ਸਰਪੰਚ ਕਿੱਦਾਂ, ਹਰਜੀਤ ਸਿੰਘ ਖਾਲਸਾ, ਜਗਦੇਵ ਸਿੰਘ, ਅਤੇ ਕਰੀ ਜਾਓ ਸ਼ੇਅਰ ਕਰੀ ਜਾਓ ਸਾਰੇ ਵੀਰ। ਅਤੇ ਇੱਥੇ ਇਸ਼ਨਾਨ ਪਾਣੀ ਕਰਿਆ ਆਪਣੇ, ਤੜਕੇ ਨੂੰ ਆਨੰਦ ਆ ਗਿਆ, ਠੰਡਾ ਪਾਣੀ ਨਿਰਮਲ ਨਿਰਮਲ ਜਲ ਜਿਹਨੂੰ ਕਹਿੰਦੇ ਆ ਨਾ, ਉਹ ਹੈ ਪੰਜਾ ਸਾਹਿਬ ਹਸਨ ਅਬਦਾਲ। ਆਨੰਦ ਮੰਗਲ ਬੰਨੇ ਪਏ, ਆਨੰਦ ਮੰਗਲ। ਅਤੇ ਕੱਲ੍ਹ ਸੀਗੇ ਅਸੀਂ ਲਾਹੌਰ, ਅੱਛਾ ਇੱਕ ਅਫਵਾਹਾਂ ਬਹੁਤ ਉਡਾਉਂਦੇ ਇੱਧਰ ਮੀਡੀਆ ਵਾਲੇ, ਮੈਂ ਦੇਖਿਆ ਯਾਰ ਉਹ ਮੌਲਵੀ ਦਾ ਉਹਨਾਂ ਦਾ ਆਪਣਾ ਰੌਲਾ ਸੀ, ਅਤੇ ਸਾਰੇ ਪਾਕਿਸਤਾਨ 'ਚ ਉਹ ਰੋਸ ਧਰਨੇ ਕਰ ਰਹੇ ਸੀ, ਕਈ ਜਗ੍ਹਾ ਹਿੰਸਾ ਵੀ ਭੜਕੀ, ਪਰ ਉਹ ਆਪਣੇ ਨਾਲ ਕੋਈ ਰੌਲਾ ਨਹੀਂ ਸੀ ਉਹਨਾਂ ਦਾ। ਆਹ ਨਿਰਮਲ ਜਲ ਆਉਂਦਾ ਦੇਖੋ ਜੀ ਇੱਥੋਂ, ਅਤੇ ਉਹ ਮੀਡੀਆ ਵਾਲਿਆਂ ਨੇ ਵਿਸ਼ਾਲ ਤਾਂ ਇੱਥੇ ਫਸ ਕੇ ਜੀ ਫਲਾਣਾ ਹੋ ਗਿਆ, ਧਮਕਾ ਹੋ ਗਿਆ, ਮੈਂ ਹੈਰਾਨ ਰਹਿ ਗਿਆ। ਇਹਦੇ 'ਤੇ ਸਪੈਸ਼ਲ ਵੀਡੀਓ ਆਪਾਂ ਪਾਵਾਂਗੇ ਇੱਕ, ਵੀ ਇੱਥੇ ਕੋਈ ਚੱਕਰ ਨਹੀਂ, ਸਾਰਾ ਜਥਾ ਚੜ੍ਹਦੀ ਗੱਲਾਂ 'ਚ A to Z, ਠੀਕ ਆ ਜੀ। ਅਤੇ ਆਨੰਦ ਮੰਗਲ ਆ ਜਿਹੜੇ ਕਹਿੰਦੇ ਆ ਉਹ ਉੱਥੇ ਇਹ ਹੋ ਗਿਆ ਫਲਾਣਾ ਹੋ ਗਿਆ, ਕੱਖ ਨਹੀਂ ਹੋਇਆ ਹੈਗਾ, ਇਹਨਾਂ ਦਾ ਆਪਣਾ ਰੌਲਾ ਮੌਲ ਵੀ ਜਾਂਦਾ, ਕੋਈ ਚੱਕਰਬਾਜ਼ੀ ਹੈ।
ਆਹ ਦੇਖੋ ਇੱਥੇ ਨਿਰਮਲ ਜਲ ਇਹ ਆਉਂਦਾ, ਅਰੇ ਇੰਨਾ ਕੁ ਸਾਫ਼ ਹੈ ਨਾ ਇਹ, ਬਾਈ ਪੁੱਛੋ ਨਾ ਬਸ। ਚੜ੍ਹਦੀ ਕਲਾ ਇੱਥੇ ਹੀ ਇਸ਼ਨਾਨ ਕੀਤੇ ਅਸੀਂ ਤੜਕੇ ਨੂੰ, ਅੱਜ ਚੱਲਦਾ ਪਾਣੀ ਇਹ। ਅਤੇ ਹੁਣ ਆਪਾਂ ਤੁਹਾਨੂੰ ਕਰਾਵਾਂਗੇ ਦਰਸ਼ਨ ਮੇਲੇ, ਥੋੜ੍ਹਾ ਜਿਹਾ ਠਹਿਰ ਕੇ ਬਾਹਰ ਦੇ ਬਾਜ਼ਾਰ ਦੇ ਅਤੇ ਉਹਨਾਂ ਦੇ ਕੀ ਨੇ ਬਾਹਰ ਜਿਹੜੇ ਮਕਾਨ ਨੇ, ਇੱਕ ਮੰਦਰ ਵੀ ਹੈਗਾ ਇੱਕ ਹਿੰਦੂ ਵੀਰਾਂ ਦਾ ਇੱਥੇ, ਹੈ ਨਾ, ਆ ਪੰਜਾ ਸਾਹਿਬ ਦੇ ਕਰੋ ਦਰਸ਼ਨ। ਹਿੰਦੂਆਂ ਵੀਰਾਂ ਦਾ ਮੰਦਰ ਵੀ ਹੈ ਅਤੇ ਉਹ ਦੇਖਦੇ ਉਹਦੇ ਹਾਲਾਤ ਕੀ ਨੇ, ਜਾਂ ਬਾਹਰ ਜਾ ਕੇ ਜਿੱਥੇ ਸਾਨੂੰ ਰੂਮ ਮਿਲਿਆ ਉਹਦੇ ਸਾਹਮਣੇ ਦਿਖਦਾ, ਕਾਫੀ ਉੱਚਾ ਮੰਦਰ ਹੈ। ਅਮਨਦੀਪ ਸਿੰਘ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ, ਗੋਲਡੀ ਸਰਪੰਚ ਠੀਕ ਹੈ ਬਾਬਾ ਜੀ, ਬਹੁਤ ਵਧੀਆ ਚੜ੍ਹਦੀ ਕਲਾ ਰੱਖੇ ਮਹਾਰਾਜ ਸਰਪੰਚ ਸਾਹਿਬ, ਹਰਦੀਪ ਸਿੰਘ ਝੂੰਦਾ, ਤਜਿੰਦਰ ਸਿੰਘ ਬਿੱਟਾ ਅਤੇ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਹੀ ਆ, ਹੈ ਨਾ। ਅਤੇ ਬਸ ਤੁਸੀਂ ਆਨੰਦ ਲਓ ਬਾਬਾ ਇੱਥੇ, ਜਾਂ ਤੁਸੀਂ ਆਓ ਬਸ ਇੱਥੇ ਵੀਜ਼ਾ ਲੈ ਕੇ। ਜੇ ਤੁਸੀਂ ਕਿਤੇ ਸਵਰਗ ਦੇਖਣਾ ਨਾ, ਜੇ ਤੁਸੀਂ ਆਤਮਿਕ ਆਨੰਦ ਮਾਣਨਾ, ਤਾਂ ਮੈਂ ਕਹਿੰਦਾ ਇੱਥੇ ਲਹਿੰਦੇ ਪੰਜਾਬ ਆਓ ਇੱਕ ਵਾਰ। ਇਹ ਬਿਲਡਿੰਗਾਂ ਸਾਰੀਆਂ ਪੁਰਾਣੀਆਂ ਹੈ, ਆਜ਼ਾਦੀ ਤੋਂ ਪਹਿਲਾਂ ਦੀਆਂ। ਬਾਈ ਇਹ ਅੱਖਾਂ ਭਰ ਆਉਂਦੀਆਂ, ਮੈਂ ਇੰਨਾ ਕੁ ਕਹਿ ਲਈਏ ਵੀ ਇੱਥੇ ਮਹਿਸੂਸ ਹੁੰਦਾ ਜੋ ਇੱਥੇ ਕਲਾ ਵਰਤਦੀ ਹੈ। ਜਿਹੜੇ ਕਹਿੰਦੇ ਨਾ ਕਿ ਕਰਾਮਾਤ ਨਹੀਂ ਹੁੰਦੀ, ਤਾਂ ਮੈਂ ਸਮਝਦਾ ਉਹ ਬੰਦਿਆਂ ਦੇ ਭਾਗੇ ਮਾੜੇ ਹੈ ਜਿਹੜੇ ਇਹਨਾਂ ਚੀਜ਼ਾਂ ਨੂੰ ਮਹਿਸੂਸ ਨਹੀਂ ਕਰਦੇ, ਬਰਕਤਾਂ ਨੂੰ। ਅਤੇ ਬਾਬੇ ਨਾਨਕ ਪ੍ਰਤੱਖ ਇੱਥੇ ਵਰਤਦਾ, ਇੱਥੇ ਤਾਂ ਬਾਬਾ ਇੱਥੇ ਆ ਕੇ ਤਾਂ ਨਾ ਬਸ ਕੋਈ ਲਫ਼ਜ਼ ਹੀ ਨਹੀਂ ਹੈਗੇ ਯਾਰ ਆਪਣੇ ਕੋਲ। ਅਤੇ ਕਈ ਵੀਰਾਂ ਦੇ ਮੈਸੇਜ ਆਉਂਦੇ ਸੀ ਮੈਨੂੰ ਪੇਜ ਉੱਤੇ, ਉਹਨਾਂ ਦੇ ਜਿਹੜੇ ਕਈ ਵੀਰਾਂ ਦੇ ਬਾਪੂ ਜੀ ਆਏ ਹੋਏ ਆ, ਮਾਤਾ ਜੀ ਆਏ ਹੋਏ ਆ, ਸਾਰੇ ਉਹਨਾਂ ਵੀਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਸਭ ਠੀਕ ਠਾਕ ਹੈ, ਸਾਰੇ ਚੜ੍ਹਦੀ ਕਲਾ 'ਚ ਹੈ। ਅਤੇ ਸਾਰੇ ਮੈਨੂੰ ਮਿਲੇ ਜਿਹੜੇ ਇਹਨਾਂ ਵੀਰਾਂ ਦੇ ਮੈਸੇਜ ਆਏ ਸੀ, ਅਤੇ ਸਭ ਓਕੇ ਰਿਪੋਰਟ ਆ, ਠੀਕ ਹੈ ਸਾਰੇ, ਠੀਕ ਹੈ ਜੀ। ਅਤੇ ਇੱਥੇ ਅਸੀਂ ਦਰਸ਼ਨ ਮੇਲੇ ਕਰ ਰਹੇ ਹਾਂ ਅਤੇ ਅੰਦਰ ਬੈਠੇ ਹਾਂ, ਕੀਰਤਨ ਸੁਣ ਰਹੇ ਕਈ, ਅਤੇ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਨਾਲ ਦੀ ਨਾਲ, ਠੀਕ ਹੈ ਜੀ। ਕੋਈ ਟੈਨਸ਼ਨ ਕਰਨ ਵਾਲੀ ਗੱਲ ਨਹੀਂ ਹੈ, ਇਹਨਾਂ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਇੱਥੇ ਦੀ, ਆਪਾਂ ਬਾਲ ਵੀ ਵਾਂਕਾ ਨਹੀਂ ਹੋ ਸਕਦਾ ਉਰੇ ਆਪਣਾ। ਅਤੇ ਬਾਕੀ ਵਾਲੀ ਇੱਜ਼ਤ ਕਰਦੇ ਹਾਂ ਯਾਰ ਬੰਦੇ, ਇਹੀ ਜੀ ਗੱਲ ਨਹੀਂ ਹੈ, ਭਰਾਵਾਂ ਵਾਂਗੂ ਆਪਾਂ ਨੂੰ ਉਹ ਕਰਦੇ ਹਾਂ ਬਾਈ। ਆਹ ਜਲ ਦੇਖ ਕੇ ਤਾਂ ਇੰਨਾ ਆਨੰਦ ਆਉਂਦਾ ਨਾ, ਇੰਨਾ ਨਿਰਮਲ ਜਲ ਮੈਂ ਕਦੇ ਦੇਖਿਆ ਨਹੀਂ ਹੈਗਾ। ਨਾਲੇ ਨਾ ਆ ਰਹੇ ਵਿੱਚ ਬੰਦੇ ਦੇਖ ਲੈ, ਕਿਉਂਕਿ ਵਗਦਾ ਇਹ ਯਾਰ, ਚੱਲ ਚੱਲ ਆਈ ਜਾਂਦਾ ਨਵਾਂ ਅੱਗੇ ਜਾਈ ਜਾਂਦਾ ਪਹਾੜਾਂ 'ਚੋਂ ਬਹੁਤ। ਗੋਲਡੀ ਮੈਂ ਕਰਦਾ ਬਾਬੇ, ਮੈਂ ਕਰਾ ਦਵਾਂ ਦਰਸ਼ਨ, ਹੈ ਨਾ। ਸਰਦਾਰ ਹਰਜੀਤ ਸਿੰਘ ਖਾਲਸਾ, ਬਾਬਾ ਜੀ ਮਾਨਤਾ ਤੁਸੀਂ ਪੁੱਛੋ ਨਾ, ਕੱਲ੍ਹ ਮੈਨੂੰ ਬਾਬਾ ਜੀ ਮਿਲੇ ਇੱਥੇ, ਹੈ ਨਾ, ਜਿਹੜੇ ਵਿਛੜਿਆਂ ਨਾਲ ਮਿਲੇ, ਉਹਨਾਂ ਦੀ ਵੀਡੀਓ ਬਣਾਈ ਮੈਂ ਅਪਲੋਡ ਕਰਾਂਗਾ ਯੂਟਿਊਬ 'ਤੇ, ਮੈਨੂੰ ਵੀ ਰੋਣਾ ਆ ਗਿਆ, ਬਾਬਾ ਜੱਫੀ ਪਾ ਕੇ ਫੋਟੋ ਖਿਚਾਈ ਮੇਰੇ ਨਾਲ, ਉਹਨੇ ਉਹਨਾਂ ਦੀ ਕੁੜੀ ਵੀ ਨਾਲ ਸੀ, ਹੈ ਨਾ, ਉਹ ਤੁਸੀਂ ਆਪੇ ਸੁਣ ਲਿਓ ਯੂਟਿਊਬ 'ਤੇ ਪਾਊਂਗਾ ਮੈਂ, ਕਿੰਨੀ ਉਹ ਦੁੱਖ ਭਰੀਆਂ ਕਹਾਣੀਆਂ। ਆਪਾਂ ਚਾਹੁੰਦੇ ਬਾਈ ਤੁਸੀਂ ਸਾਰੇ ਦਰਸ਼ਨ ਮੇਲੇ ਕਰੋ ਉਰੇ ਏ ਟੂ ਜੈਡ। ਓਏ ਮਾਰਦਾ ਕਦੇ ਇਹਨੂੰ, ਹੈ ਮਾਰਦਾ, ਕੀ ਨਾਂ ਤੇਰਾ? ਅਜਮੀਤ ਸਿੰਘ। ਅਜਮੀਤ ਸਿੰਘ, ਅਸ਼ਮੀਤ ਸਿੰਘ, ਅਜਮੀਤ, ਅਜਮੀਤ ਕਿਹੜੀ ਕਲਾਸ 'ਚ ਪੜ੍ਹਦਾ? ਸਿਕਸ ਦ ਰਾਈਜ਼ਿੰਗ ਹੋਪ ਪਬਲਿਕ ਸਕੂਲ। ਕਿੱਥੋਂ ਆਏ ਤੁਸੀਂ? ਪਿਸ਼ਾਵਰ, ਪਿਸ਼ਾਵਰ, ਪਿਸ਼ਾਵਰ ਤੋਂ। ਇਹ ਬੱਚਾ ਪਿਸ਼ਾਵਰ ਦਾ ਹੈ, ਅਜਮੀਤ ਸਿੰਘ ਦਾ ਨਾਂ ਹੈ। ਕਿੰਨੇ ਪਿਆਰੇ ਇੱਥੇ ਸਰਦਾਰੀ ਸਾਂਭੀ ਬੈਠੇ ਆ ਯਾਰ। ਅਤੇ ਮੈਂ ਇੱਕ ਗੱਲ, ਬੜਾ ਦੁੱਖ ਹੁੰਦਾ ਸੋਚ ਕੇ, ਅਤੇ ਇੱਥੋਂ ਦੇ ਸਾਰੇ ਜਿਹੜੇ ਪਿਸ਼ਾਵਰ ਦੇ ਜਿਹੜੇ ਵੀ ਸਰਦਾਰ ਬੱਚੇ ਨੇ, ਔਰ ਸਾਰੇ ਹੀ ਪਟਕੇ ਬਣਦੇ ਆ ਵਿਚਾਰੇ ਸਰਦਾਰ ਨੇ, ਅਤੇ ਇਹਨਾਂ ਨੂੰ ਦੇਖ ਕੇ ਮਨ ਭਰ ਆਉਂਦਾ ਇੱਥੇ ਦੇ ਲੋਕਾਂ ਨੂੰ। ਇੰਨੇ ਕੁ ਕਹਿ ਲਈਏ ਵੀ ਵਿਚਾਰੇ ਕਿ ਯਾਰ ਆਪਣਾ ਸਾਂਭੀ ਬੈਠੇ ਸਾਰਾ ਕੁਛ, ਬਸ ਇੰਨਾ ਕੁ ਪਤਾ ਮੈਨੂੰ। ਅਤੇ ਆਪਣੀ ਇੱਥੇ ਦੂਰ ਵਤਨਾਂ ਤੋਂ ਦੂਰ, ਖੈਰ ਹੈ ਤਾਂ ਆਪਣੀ ਵਤਨ ਸੀ ਉਹ ਵੀ, ਇਹ ਵੀ ਆਪਣਾ ਹੀ ਹੈ, ਲੇਕਿਨ ਅਸਲੀਅਤ ਇਹ ਹੈ ਕਿ ਕਾਗਜ਼ਾਂ ਵਿੱਚ ਤਾਂ ਆਪਣਾ ਹੈ ਨਹੀਂ ਹੁਣ, ਹੈ ਨਾ। ਅਤੇ ਇੱਥੇ ਇੰਨੀ ਦੂਰ ਬੈਠ ਕੇ ਸਾਰਾ ਕੁਛ ਸਾਂਭੀ ਬੈਠੇ ਹਾਂ, ਤਾਂ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ ਇਹ। ਅਤੇ ਇਹਨਾਂ ਨਾਲ ਇੱਥੇ ਧੱਕਾ ਵੀ ਹੁੰਦਾ, ਇਹੀ ਜਿਹੀ ਗੱਲ ਨਹੀਂ ਹੈਗੀ, ਪਰ ਆਪਣਾ ਵਿਰਸਾ ਸੰਭਾਲੀ ਅਤੇ ਆਪਣੇ ਗੁਰਧਾਮਾਂ ਦੀ ਕਹਿ ਲਈਏ ਵੀ ਕਰਨਾ। ਹਾਂਜੀ ਬਾਬਾ ਜੀ, ਕਰ ਲਏ ਦਰਸ਼ਨ ਮੇਲੇ, ਠੀਕ ਹੈ।
ਇਹ ਪਿਸ਼ਾਵਰ ਦੀ ਸੰਗਤ ਹੈ ਕਰਾਉਣਾ ਤੁਹਾਨੂੰ ਦਰਸ਼ਨ ਇੱਥੋਂ ਦੇ ਲੋਕਾਂ ਦੇ ਜਿਹੜੇ ਆਪਣੇ ਵੀਰ ਨੇ ਇੱਥੇ ਦੇ ਵਧੀਆ ਪ੍ਰਬੰਧ ਕੀਤਾ ਹੋਇਆ ਅਤੇ ਸਾਰਾ ਇਹ ਪੁਰਾਣੀਆਂ ਬਿਲਡਿੰਗਾਂ ਆਜ਼ਾਦੀ ਤੋਂ ਪਹਿਲਾਂ ਦੀਆਂ ਦੇਖ ਲਓ ਇਹ ਲੰਗਰ ਲਾਇਆ ਹੋਇਆ ਇਹਨਾਂ ਨੇ ਵੀਰਾਂ ਨੇ ਆਪਣੇ ਪਿਸ਼ਾਵਰ ਤੋਂ ਇੱਥੇ ਕੜਾਹ ਪ੍ਰਸ਼ਾਦ ਕੋਈ ਨਹੀਂ ਬਾਬਾ ਧੰਨਵਾਦ ਕਹਦਾ ਇਹ ਤਾਂ ਮੇਰਾ ਫਰਜ਼ ਹੈ ਕਿਉਂਕਿ ਇਹ ਕੋਈ ਬਾਬਾ ਜੀ ਬਸ ਤੁਸੀਂ ਆਨੰਦ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਛਾ ਬਾਬਾ ਜੀ ਸਮਝ ਰਹੇ ਨਾ ਕੀ ਤੁਹਾਡਾ ਅੱਛਾ ਮੈਂ ਨਾਮ ਨਾਮ ਬਲਵੰਤ ਸਿੰਘ ਬਲਵੰਤ ਸਿੰਘ ਬਾਬਾ ਜੀ ਦਾ ਨਾਂ ਹੈ ਇਹ ਤੇ ਪਸ਼ਤੋ ਬਾਬਾ ਜੀ ਬੋਲਦੇ ਆ ਤੁਸੀਂ ਪਿਸ਼ਾਵਰ ਦੇ ਰਹਿਣ ਵਾਲੇ ਹੋ ਹਸਨ ਅਬਦਾਲ ਦੇ ਰਹਿਣ ਵਾਲੇ ਆ ਬਾਬਾ ਜੀ ਠੀਕ ਹੈ ਜੀ ਬਾਬਾ ਜੀ ਪਸ਼ਤੋ ਬੋਲਦੇ ਆਪਾਂ ਨੂੰ ਪਸ਼ਤੋ ਜਵਾਨ ਥੋੜੀ ਜਿਹੀ ਆਉਂਦੀ ਨੀ ਹੈਗੀ ਇਸ ਕਰਕੇ ਚਲੋ ਖੈਰ ਆ ਚੜ੍ਹਦੀ ਕਲਾ ਰੱਖੇ ਮਹਾਰਾਜ ਤੇ ਆ ਬਾਬਾ ਜੀ ਸੇਵਾ ਲੱਗੇ ਹੋਏ ਕਰਨ ਇੱਥੇ ਕੜਾਹ ਪ੍ਰਸ਼ਾਦ ਦੀ ਤੇ ਆਨੰਦ ਬਣਿਆ ਪਿਆ ਤੇ ਆ ਬਾਬਾ ਜੀ ਦੀ ਦੇਖੋ ਪੱਗ ਦਾ ਸਟਾਈਲ ਦੇਖੋ ਤੇ ਇਹ ਸਾਰੀ ਹਸਨ ਅਬਦਾਲ ਦੇ ਸਿੱਖ ਨੇ ਤੇ ਇਹਨਾਂ ਦੀਆਂ ਪੱਗਾਂ ਵਾਲੀਆਂ ਸੋਹਣੀਆਂ ਲੱਗਦੀਆਂ ਜਿਵੇਂ ਇਹਨਾਂ ਨੇ ਬੰਨੀਆਂ ਹੋਈਆਂ ਬਾਬਾ ਜੀ ਨੇ ਦੇਖੋ ਤੇ ਜਿਵੇਂ ਜਿਵੇਂ ਇਹਨਾਂ ਨੂੰ ਵਿਰਾਸਤ ਵਿੱਚ ਜੋ ਜੋ ਪੁਰਾਤਨ ਪੁਰਖ ਇਹਨਾਂ ਦੇ ਹੈ ਨਾ ਜਿਵੇਂ ਪਹਿਰਾਵਾ ਜਾਂ ਕਹਿ ਲਈਏ ਜੋ ਇੱਥੇ ਪਾਉਂਦੇ ਆਏ ਆ ਤੇ ਉਹੀ ਸਾਂਭਿਆ ਹੋਇਆ ਇਹਨਾਂ ਨੇ ਕਰੀਏ ਗੱਲ ਜੇ ਬਾਬਾ ਜੀ ਨੂੰ ਜ਼ਬਾਨ ਸਮਝ ਆਉਂਦੀ ਹੋਈ ਫਿਰ ਆਪਾਂ ਕਰਦੇ ਹਾਂ ਗੱਲਬਾਤ ਬਾਬਾ ਜੀ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੀ ਨਾਂ ਤੁਹਾਡਾ ਬਾਬਾ ਜੀ ਸੇਵਾ ਸਿੰਘ ਤੇ ਤੁਸੀਂ ਇੱਥੋਂ ਦੀ ਰਹਿਣ ਵਾਲੇ ਹੋ ਇੱਥੇ ਪੰਜਾਬ ਸਾਹਿਬ ਦਾ ਹਸਨ ਅਬਦਾਲ ਦੇ ਹੈ ਨਾ ਜੀ ਮਿਲ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਵਿਛੜੇ ਹੋਏ ਭਰਾਵਾਂ ਨਾਲ ਦੁਆੜਾ ਮੁਲਾਕਾਤ ਹੋਈ ਤੋ ਗੁਰੂ ਜੀ ਦੀ ਬਾਣੀ ਵੀ ਸਾਨੂੰ ਕਿਤੇ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਤੋ ਗੁਰਸਿੱਖ ਇੱਕ ਦੂਸਰੇ ਕੋ ਵੇਖੇ ਜਿਹੜੇ ਸਾਬਤ ਸੂਰਤ ਨੇ ਜਿਹੜੇ ਗੁਰੂ ਦੇ ਪਿਆਰੇ ਨੇ ਬਹੁਤ ਅੱਛੇ ਲੱਗਦੇ ਨੇ ਔਰ ਅੱਗੇ ਵੀ ਅਰਦਾਸ ਕਰਾਂਗੇ ਅਸੀਂ ਕਿ ਇਸੀ ਤਰ੍ਹਾਂ ਇੱਕ ਦੂਸਰੇ ਦਾ ਦਰਸ਼ਨ ਆਉਂਦੇ ਰਹੇ ਅਤੇ ਵਿਸਾਖੀ ਦਾ ਪੈਗਾਮ ਜਿਹੜਾ ਵੀ ਹੈ ਇਹ ਇੱਕ ਸੁਨੇਹਾ ਹੈ ਪ੍ਰੇਮ ਦਾ ਕਿਉਂਕਿ ਜਬ ਤੱਕ ਮਿਲਾਪ ਨਾ ਹੋਵੇ ਗੁਰੂ ਮਹਾਰਾਜ ਫਰਮਾਉਂਦੇ ਵਿਸਾਖ ਦੀਰਨ ਕਿਉਂ ਵੰਡਿਆ ਜਿੰਨਾ ਪ੍ਰੇਮ ਵਿਸ਼ੋਹ ਹਰ ਸੱਜਣ ਪੁਰਖ ਪੇ ਸਾਰ ਕੇ ਲੱਗੀ ਮਾਇਆ ਤੋ ਜਬ ਤੱਕ ਅਸੀਂ ਇੱਕ ਦੂਸਰੇ ਤੋਂ ਵਿਛੜਿਆ ਹਾਂ ਮਤਲਬ ਰੱਬ ਤੋਂ ਵਿਛੜਿਆ ਇੱਕ ਦੂਸਰੇ ਤੋਂ ਵਿਛੜਿਆ ਤੋ ਧੀਰਜ ਨਹੀਂ ਮਿਲਦਾ ਤੋ ਵਿਸਾਖੀ ਦੇ ਇੱਕ ਬਹੁਤ ਬੜੀ ਪੈਗਾਮ ਹੈ ਸਾਡੇ ਮਿਲਾਪ ਦੀ ਪਿਆਰ ਦੀ ਇੱਕ ਦੂਸਰੇ ਨਾਲ ਪਿਆਰ ਕਰਨ ਦੀ ਇੱਕ ਮੈਨੂੰ ਹੋਰ ਦੱਸਿਓ ਬਾਬਾ ਜੀ ਇੱਕ ਜ਼ਰੂਰ ਦੱਸਿਓ ਵੀ ਇੱਥੇ ਆਪਣੇ ਹਸਨ ਅਬਦਾਲ ਦੇ ਵਿੱਚ ਕਿੰਨੇ ਸਿੱਖ ਫੈਮਲੀਆਂ ਰਹਿ ਗਈਆਂ ਤਕਰੀਬਨ 150 ਤੋਂ ਵੱਧ ਫੈਮਲੀਆਂ ਨੇ ਹਸਨ ਅਬਦਾਲ ਪੰਜਾ ਸਾਹਿਬ ਵਿਖੇ ਜਿਹੜੇ ਆਬਾਦ ਨੇ ਅਤੇ ਆਪਣੇ ਜਿਤਨੇ ਵੀ ਵੀਰ ਨੇ ਸਾਰੇ ਅੰਮ੍ਰਿਤਧਾਰੀ ਨੇ ਪੰਚ ਕਕਾਰ ਦੀ ਧਾਰਨੀ ਹੈ ਬਾਣੀ ਸਾਰੇ ਸਹਿਜ ਪਾਠ ਵੀ ਕਰਦੇ ਨੇ ਅਤੇ ਵਾਹਿਗੁਰੂ ਦੀ ਕਿਰਪਾ ਹੈ ਅਤੇ ਇੱਕ ਬਾਬਾ ਜੀ ਆਪਣਾ ਹੋਰ ਦੱਸਿਓ ਸਾਨੂੰ ਵੀ ਇੱਥੇ ਕੋਈ ਮਤਲਬ ਕਿ ਇੱਥੇ ਦੇ ਲੋਕ ਜਿਹੜੇ ਆਮ ਆਵਾਮ ਹੈ ਜਾਂ ਇੱਥੇ ਦੇ ਹੋਰ ਜੋ ਵੀ ਕਈ ਵਾਰ ਖਬਰਾਂ 'ਚ ਵੀ ਆਪਾਂ ਪੜ੍ਹਦੇ ਹਾਂ ਨਾ ਵੀ ਕਈ ਵਾਰ ਹਮਲੇ ਹੋ ਜਾਂਦੇ ਇੱਦਾਂ ਦਾ ਕਿਵੇਂ ਦਾ ਮਾਹੌਲ ਹੈ ਤੁਹਾਨੂੰ ਇੱਧਰ ਜੇ ਸੱਚ ਦੱਸਿਆਂ ਤਾਂ ਮੇਰਾ ਖੁਦ ਆਪਣਾ ਸ਼ੌਪ ਹੈ ਅਤੇ ਸ਼ਾਮੀ ਗੁਰਦੁਆਰਿਆਂ ਨੇ ਅਤੇ ਬਾਜ਼ਾਰ ਵਿੱਚ ਜਬ ਜਿਸ ਦਿਨ ਵੀ ਅਸੀਂ ਬਾਜ਼ਾਰ ਨਹੀਂ ਜਾਂਦੇ ਹਾਂ ਉਹ ਲੋਕ ਫੋਨਾਂ ਕਰਦੇ ਹੈ ਸਰਦਾਰ ਜੀ ਕਿਉਂ ਨਹੀਂ ਆਉ ਬਾਜ਼ਾਰ 'ਤੇ ਇਤਨਾ ਪਿਆਰ ਹੈ ਇੱਕ ਦੂਸਰੇ ਨਾਲ ਕੋਈ ਮਸਲਾ ਨਹੀਂ ਹੈ ਸਮਝੋ ਨਾ ਹਮ ਤਾਂ ਮਹਿਸੂਸ ਹੀ ਨਹੀਂ ਕਰਦੇ ਕਿ ਅਸੀਂ ਕਿੱਥੇ ਹਾਂ ਆਪਣੇ ਭਰਾਵਾਂ ਨਾਲ ਇਸ ਤਰ੍ਹਾਂ ਅਤੇ ਬਾਬਾ ਜੀ ਨਾਲ ਤੁਸੀਂ ਗੱਲਬਾਤ ਕੀਤੀ ਅਤੇ ਬਹੁਤ ਆਨੰਦ ਮੰਗਲ ਆ ਅਤੇ ਬਾਬਾ ਜੀ ਉਹਦੇ ਜਵਾਨ ਪਸ਼ਤੋ ਬੋਲੀ ਜਾਂਦੀ ਹੈ ਜੀ ਪਸ਼ਤੋ ਵੀ ਬੋਲਣੇ ਉਰਦੂ ਪੰਜਾਬੀ ਵੀ ਇੰਗਲਿਸ਼ ਵੀ ਜਿਹੜੇ ਪੜ੍ਹੇ ਲਿਖੇ ਨੇ ਉਰਦੂ ਪਸ਼ਤੋ ਤੋਂ ਸਾਰੇ ਇਸ ਤਰ੍ਹਾਂ ਜਿਹੜੇ ਪਿਸ਼ਾਵਰ ਤੋਂ ਮਾਈਗ੍ਰੇਟ ਕਰਕੇ ਨੇ ਜ਼ਿਆਦਾਤਰ ਇਹਦਾ ਜੰਪਲ ਜਿਹੜੀ ਪਿਸ਼ਾਵਰ ਦੀ ਹੈ ਤੋ ਪਸ਼ਤੋ ਵੀ ਆਉਂਦੀ ਹੈ ਪੰਜਾਬੀ ਵੀ
उर्दू भी बोलते हैं। धन्यवाद बाबा जी, बहुत बहुत शुक्रिया थोड़ा जी। बाबा जी की नाम जी थोड़ा? अरविंद सिंह। अरविंद सिंह, ये बाबा जी अरविंद सिंह तो तुम सुने बाबा जी ने, गुरमुखी भी पढ़ते हैं, पंजाबी भी, उर्दू भी, पछतो भी, ठीक है जी। तो हूँ आपूँ करावे बार बच्चे दर्शन, तो मैं आस करना तो सारे ने दर्शन मेले कर ही ले पंजा साहब दे, ते मिलते हैं हूँ आप है ना, थोड़े टाइम बाद करावे सू दर्शन मेले। तो बार बाजार दे ते वो हिंदू वीर का मंदिर है जोड़ा वो, ठीक है जी। तो हूँ मिलेंगे बाबे, ठीक है, चढ़ती कला रखे महाराज, आनंद मंगल बनिया पे यार। और तो राजा जी नहीं करता है, दो दिन रहना और बाबे नानक की गोद च देखते हैं हूँ। तो अगे भी हूँ आप करावे दर्शन मेले तो होर भी, ठीक है जी। तो बाकी होर कह कुछ नहीं है, तो ना बचे है मेरे को ना लफज है, मैं बयान नहीं कर सकता कि इतने आके क्या महसूस हों, है ना। दीपा पुटर मेरा वीर, कहें दीप ठीक है, चलो मिलते हैं, मिलते हैं हूँ सारे वीरां नूं। वाहिगुरु जी का खालसा, वाहिगुरु जी की फतेह। शेयर कर दिओ वीडियो नूं ताकि होर भी लोग देख सकन, है ना, ठीक है। सरपंच साहब, मिलते हैं हूँ अगली वीडियो 'च।